ਉਹ ਤੇਰੀ ਇੱਥੇ ਕੋਈ ਵੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦਾ ਹੈ ਤੇ ਉਹਦੇ ਸਾਰੇ ਰੋਗ ਦੂਰ ਹੁੰਦੇ ਨੇ। ਲਓ ਜੀ ਹੁਣ ਦਰਸ਼ਨ ਕਰੋ ਜਿਸ ਚੱਕੀ ਦੇ ਨਾਲ ਬਾਬਾ ਜੀ ਨੇ ਆਟਾ। ਹੈਲੋ ਐਵਰੀਵਨ, ਵੈਲਕਮ ਬੈਕ ਟੂ ਮੈ ਨਿਊ ਵਲੌਗ ਐਂਡ ਦਿਸ ਸਾਈਡ ਤੁਹਾਡਾ ਪ੍ਰਭਜੋਤ ਚੀਮਾ ਵਲੌਗ। ਸੋ ਹੋਪ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਐਜ਼ ਯੂ ਨੋ ਡੈਟ ਕਿ ਅਸੀਂ ਨੰਦੇੜ ਹਜ਼ੂਰ ਸਾਹਿਬ ਆਏ ਹੋਏ ਹਾਂ ਅਤੇ ਤੁਹਾਨੂੰ ਸਾਰੇ ਗੁਰਦੁਆਰੇ ਸਾਹਿਬ ਐਕਸਪਲੋਰ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਹਾਂ। ਅਤੇ ਅੱਜ ਅਸੀਂ 25 to 30 ਕਿਲੋਮੀਟਰ ਦੇ ਅਰਾਊਂਡ ਜਿੰਨੇ ਵੀ ਗੁਰਦੁਆਰਾ ਸਾਹਿਬ ਆਉਂਦੇ ਨੇ ਉਹਦੇ ਤੁਹਾਨੂੰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਅਗਰ ਤੁਹਾਨੂੰ ਆ ਵੀਡੀਓ ਵਧੀਆ ਲੱਗੇ ਤਾਂ ਥੱਲੇ ਕਮੈਂਟਸ 'ਚ ਵਾਹਿਗੁਰੂ ਜ਼ਰੂਰ ਲਿਖਿਓ। ਅਤੇ ਹੁਣ ਨਾ ਕਰੀਏ ਜ਼ਿਆਦਾ ਵੀਡੀਓ ਨੂੰ ਲੰਬਾ ਅਤੇ ਵੀਡੀਓ ਨੂੰ ਕਰਦੇ ਇੱਥੇ ਸਟਾਰਟ। ਲਓ ਜੀ ਮਿੱਤਰੋ, ਆਪਣੀ ਕੌਫੀ ਇੱਧਰ ਬਣਦੀ ਪਈ ਹੈ ਅਤੇ ਆ ਸਾਹਮਣੇ ਵੇ ਲੰਗਰ ਔਰ ਸਾਰੀ ਆਪਣੀ ਸੰਗਤ ਲੰਗਰ ਛਕਾਉਂਦੀ ਹੈ। ਲਓ ਜੀ ਕਰੋ ਅੱਜ ਦੇ ਪਹਿਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ, ਜਿਹਦਾ ਨਾਮ ਹੈ ਡੇਰਾ ਸ਼ਹੀਦ ਬਾਬਾ ਦੀਪ ਸਿੰਘ ਜੀ। ਲਓ ਜੀ ਹੁਣ ਦਰਸ਼ਨ ਕਰੋ ਸ਼ਹੀਦ ਭਾਈ ਮਣੀ ਸਿੰਘ ਜੀ ਦੇ ਯਾਦ 'ਚ ਬਣਾਏ ਗੁਰਦੁਆਰਾ ਸਾਹਿਬ। ਲਓ ਜੀ ਹੁਣ ਆਪਾਂ ਤੁਹਾਨੂੰ ਦੂਜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ। ਲਓ ਜੀ ਹੁਣ ਤੀਸਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜਿਹਦਾ ਨਾਮ ਹੈ ਗੁਰਦੁਆਰਾ ਸ਼੍ਰੀ ਰਤਨਗੜ੍ਹ ਸਾਹਿਬ ਜੀ। ਲਓ ਜੀ ਹੁਣ ਦਰਸ਼ਨ ਕਰੋ ਤੀਜੇ ਗੁਰਦੁਆਰਾ ਸਾਹਿਬ ਦੇ। ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਬਣਨ ਦਿਆ ਵੇਖੋ ਅਤੇ ਅਜੇ ਸਾਰੀ ਸੰਗਤ ਇੱਥੇ ਮੱਥਾ ਟੇਕਣ ਦੀ ਪੁਰਾਣੀ ਸਥਾਨ 'ਤੇ। ਅਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਹੈ, ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਜਾਈਦਾ। ਅਤੇ ਫਸਟ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਇਆ ਸੀ ਬਾਬਾ ਦੀਪ ਸਿੰਘ ਜੀ ਦਾ ਅਤੇ ਦੂਜੇ ਤੁਹਾਨੂੰ ਦਰਸ਼ਨ ਕਰਾਏ ਹਨ ਸ਼ਹੀਦ ਮਨੀ ਸਿੰਘ ਜੀ ਦੇ। ਲਓ ਜੀ ਹੁਣ ਚੌਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜਿਹਦਾ ਨਾਮ ਹੈ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਜੀ। ਲਓ ਜੀ ਹੁਣ ਦਰਸ਼ਨ ਕਰੋ ਚੌਥੇ ਗੁਰਦੁਆਰਾ ਸਾਹਿਬ ਦੇ। ਬਹੁਤ ਹੀ ਵਧੀਆ ਦਰਸ਼ਨ ਹੋਏ ਇਸ ਗੁਰਦੁਆਰਾ ਸਾਹਿਬ ਦੇ ਅਤੇ ਜਿੰਨੇ ਵਧੀਆ ਦਰਸ਼ਨ ਹੋਏ ਓਨਾ ਹੀ ਵਧੀਆ ਇੱਥੋਂ ਦਾ ਇਤਿਹਾਸ ਹੈ। ਇੱਥੇ ਗੁਰੂ ਨਾਨਕ ਦੇਵ ਜੀ ਆਏ ਸਨ, ਉਹਨਾਂ ਨੇ ਇੱਥੇ ਨਿੰਮ ਲਾਈ ਹੈ। ਵੇਟ ਕਰੋ ਮੈਂ ਤੁਹਾਨੂੰ ਦਿਖਾਉਂਦਾ, ਇਹ ਵੇਖੋ। ਅਤੇ ਇੱਕ ਹੋਰ ਚੀਜ਼, ਅਗਰ ਕਿਸੇ ਨੂੰ ਵੀ ਕੋਈ ਵੀ ਰੋਗ ਹੁੰਦਾ ਅਤੇ ਇੱਥੇ ਵਾਰ ਮਿਲਿਆ, ਇਹ ਥੱਲੇ ਸਰੋਵਰ ਸਾਹਿਬ ਹੈ, ਇੱਥੇ ਕੋਈ ਵੀ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦਾ ਹੈ ਅਤੇ ਉਹਦੇ ਸਾਰੇ ਰੋਗ ਦੂਰ ਹੁੰਦੇ ਨੇ। ਲਓ ਜੀ ਆਪਾਂ ਪੰਜਵੇਂ ਗੁਰਦੁਆਰਾ ਸਾਹਿਬ ਪਹੁੰਚੇ। ਗੁਰਦੁਆਰੇ ਦਾ ਨਾਮ ਹੈ ਸ਼ਿਕਾਰ ਘਾਟ। ਚਲੋ ਆ ਜਾਓ ਚਲੀਏ। ਲਓ ਜੀ ਹੁਣ ਚਾਲੇ ਪਾਉਣ ਲੱਗੇ ਹਾਂ ਦੂਜੇ ਗੁਰਦੁਆਰਾ ਸਾਹਿਬ ਨੂੰ, ਆਓ ਚੱਲੀਏ।
ਲਓ ਜੀ ਹੁਣ 6ਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜਿਹਦਾ ਨਾਮ ਹੈ ਗੁਰਦੁਆਰਾ ਮਾਤਾ ਜੀਤੋ ਜੀ। ਲਓ ਜੀ ਹੁਣ ਸੰਗਤ ਪਹੁੰਚ ਚੁੱਕੀ ਹੈ ਅੱਜ ਦੇ 7ਵੇਂ ਗੁਰਦੁਆਰਾ ਸਾਹਿਬ ਤੇ ਆਹੋ ਤੁਹਾਨੂੰ ਦਰਸ਼ਨ ਕਰਾਈਏ ਅੱਗੋਂ ਦੇ। ਲਓ ਜੀ ਹੁਣ ਚੱਲੇ ਹਾਂ ਆਪਾਂ ਲੰਗਰ ਹਾਲ। ਇੱਥੇ ਕਹਿੰਦੇ ਨੇ ਕਿ ਬਾਬਾ ਜੀ ਨੇ ਕੀ ਆਟਾ ਪੀਸਿਆ ਸੀ ਚੱਕੀ ਨਾਲ ਅਤੇ ਇੱਥੇ ਜਦੋਂ ਵੀ ਆਓਗੇ ਪ੍ਰਸ਼ਾਦਾ ਜੂਸ ਸਕਦੇ। ਸੋ ਲਓ ਜੀ ਹੁਣ ਦਰਸ਼ਨ ਕਰੋ ਜਿਸ ਚੱਕੀ ਦੇ ਨਾਲ ਬਾਬਾ ਜੀ ਨੇ ਆਟਾ ਪੀਸਿਆ ਸੀ ਅਤੇ ਆਹ ਹੁਣ ਆਪਾਂ ਚੱਲਦੇ ਹਾਂ ਲੰਗਰ ਛਕਣ। ਇਹਨੂੰ ਤਾਂ ਬਲਦੇ ਹੀ ਦਿਖਾਉਂਦੀਆਂ ਨੇ ਖਾਲੀ ਰੇਸ ਲਓ ਜੀ ਦਰਸ਼ਨ ਕਰੋ ਗਾਈਆਂ ਅਤੇ ਘੋੜਿਆਂ ਦੇ। ਲਓ ਜੀ ਬਾਬਾ ਨੇ 300-302 ਦੋ ਗਾਈਆਂ ਰੱਖੀਆਂ ਨੇ। ਲਓ ਜੀ ਕਰੋ ਦਰਸ਼ਨ ਗਾਈਆਂ ਮੱਝਾਂ ਦੇ। ਉਹ ਤੇਰੀ ਲਓ ਜੀ ਹੋ ਗਏ ਜੇ ਦਰਸ਼ਨ। ਡਰਦੀ ਪਈ ਹੈ ਡਰਨ ਦੀ ਡਰਾਉਂਦੀ ਪੂਰਾ ਗੁਰਦੁਆਰਾ ਘੁਮਾ ਕੇ ਲਿਆ ਸਾਨੂੰ ਐਵੇਂ ਕਿਉਂ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਜੀ ਸਾਰਾ ਗੁਰਦੁਆਰਾ ਘੁਮਾ ਦੋ ਸਾਨੂੰ। ਤੁਸੀਂ ਬਾਬਾ ਜੀ ਇੱਥੇ ਕੀ ਹੋ ਤੁਸੀਂ ਇੱਥੇ ਕੀ ਕਰਦੇ ਹੋ ਬਾਬਾ ਜੀ? ਕੁਛ ਨਹੀਂ ਕਰਦੇ ਬਸ ਘੁੰਮਦੇ ਹੋ। ਅਰੇ ਵਾਹ ਸਟੰਟ ਹਲੋ ਬਾਬਾ ਜੀ ਬਾਹਰ ਨੂੰ ਥੋੜਾ ਜਿਹਾ ਘੁਮਾ ਦੋ ਨਾ। ਸਾਡੀਆਂ ਚੱਪਲਾਂ ਕਿੱਥੇ ਨੇ? ਸਾਰੀਆਂ ਚੱਪਲਾਂ ਮੇਰੀਆਂ ਚੱਪਲਾਂ ਹੋ ਗਈਆਂ ਬਾਬਾ ਜੀ। ਰੁਕੋ 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 ਬਾਬਾ ਜੀ ਦੀ ਵੀਡੀਓ ਬਣਾਈ ਹੈ ਬਾਬਾ ਜੀ। ਚਲੋ ਲਓ ਜੀ ਅੱਜ ਦੇ 8ਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਗੁਰਦੁਆਰਾ ਹੀਰਾ ਸਾਹਿਬ ਜੀ। ਵਾਪਸ ਆ ਕੇ ਗੁਰੂ ਸਾਹਿਬ ਜੀ ਦੇ ਚੰਨੀ ਪੈ ਗਿਆ ਕਹਿਣ ਲੱਗਾ ਮਹਾਰਾਜ ਮੈਨੂੰ ਮਾਫ ਕਰ ਦਿਓ ਮੈਨੂੰ ਪਤਾ ਨਹੀਂ ਸੀ ਕਿ ਆ ਹੀਰਾ ਤੁਹਾਡੇ ਖਜ਼ਾਨੇ ਚ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਾਦਸ਼ਾਹ ਦਾ ਹੰਕਾਰ ਦੂਰ ਕੀਤਾ ਇਸ ਕਰਕੇ ਇਸ ਗੁਰਦੁਆਰੇ ਸਾਹਿਬ ਦਾ ਨਾਮ ਗੁਰਦੁਆਰਾ ਹੀਰਾ ਕਰ। ਹੁਣ ਆਪਾਂ ਚੱਲੇ ਹਾਂ ਅਗਲੇ ਗੁਰਦੁਆਰਾ ਸਾਹਿਬ ਤੁਹਾਨੂੰ ਦੱਸਦੇ ਹਾਂ ਉਹਦਾ ਨਾਮ ਕੀ ਹੈ ਅਤੇ ਉੱਥੋਂ ਦੇ ਜਾ ਕੇ ਦਰਸ਼ਨ ਕਰਾਂਗੇ। ਲਓ ਜੀ ਅੱਜ ਦੇ 9ਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਜਿਹਦਾ ਨਾਮ ਹੈ ਗੁਰਦੁਆਰਾ ਮਾਲ ਟੇਕਰੀ ਸਾਹਿਬ ਜੀ।
ਉਹ ਜੀ ਅੱਜ ਦੇ ਆਖਰੀ ਇਤਿਹਾਸਿਕ ਸਥਾਨ ਦੇ ਦਰਸ਼ਨ ਕਰੋ ਜੀ, ਜਿਹਦਾ ਨਾਮ ਹੈ ਪੀਰ ਬਾਬਾ ਲੱਕੜ ਸ਼ਾਹ ਜੀ। ਰਹਿਣੀ ਵਾਲੇ ਜੋ ਛੇਵੇਂ ਪਾਤਸ਼ਾਹ ਨੇ ਭੇਜੀ ਤੀ ਖਜ਼ਾਨੇ ਦੀ ਰਾਖੀ ਕੇ ਲੀਏ, ਤੇ ਖਜ਼ਾਨੇ ਦੀ ਰਾਖੀ ਕੀ ਆ ਕਰਨਾ, ਝੜੋ ਮਾਰੀ ਆ ਕਰਨਾ, ਲੱਕੜ ਸ਼ਾਹ ਨੂੰ ਰੋਜ਼ ਸੁਣੀ ਕੇ ਦੋ ਮੋਰੇ ਮਿਲੀ ਆ ਕਰਨਾ। ਇੱਥੇ ਪਾਤਸ਼ਾਹ ਸੀ ਲੈ ਕੇ ਦਸਵੇਂ ਪਾਤਸ਼ਾਹ ਤੱਕ ਰਾਖੀ ਕੀ, ਅੱਧਾ ਖਜ਼ਾਨਾ ਸੰਗਤ ਸਾਹਿਬ ਖੋਜੋ ਨੇ ਵਾਂਡੀਆ, ਔਰ ਅੱਧਾ ਖਜ਼ਾਨਾ ਲੱਕੜ ਸ਼ਾਹ ਕੇ ਪਾਸ ਰਹਿ ਗਿਆ। ਇਹ ਦੱਖਣ ਕੇ ਮੁਗਲੋਂ ਨੇ ਪਤਾ ਲੱਗੀ ਆ ਕਿ ਲੱਕੜ ਸ਼ਾਹ ਤੋਂ ਅੱਧਾ ਖਜ਼ਾਨਾ ਬਾਕੀ ਰਹਿ ਗਿਆ। ਵਾਕੇ ਤੰਕੀ ਲੱਕੜ ਸ਼ਾਹ ਮੇ ਖਜ਼ਾਨਾ ਦਸਾ ਦੇ, ਤੇਰੇ ਨਾਮ ਦਾ ਲੀਸ਼ਾਨ ਕਿਲਾ ਬਣਾ। ਲੱਕੜ ਸ਼ਾਹ ਨੇ ਜੋ ਆਪ ਦੀ ਮੇਰੀ ਪਾਸ ਖਜ਼ਾਨਾ ਹੋਤਾ ਤੋ ਮੇਰੇ ਨਾਮ ਦਾ ਲੀਸ਼ਾਨ ਕਿਲਾ ਬਣਾ ਲੇਤਾ, ਇਹ ਤੁਝੇ ਗਲਤ ਖਬਰ ਮਿਲੀ। ਇਹ ਕਿਸੇ ਦੀ ਅਮਾਨਤ ਸੀ, ਲੱਕੜ ਸ਼ਾਹ ਕੋ ਮਾਰ ਕੁੱਟ ਕੇ ਕੁੜ ਬਰਦਾਸ਼ਤ ਨਹੀਂ ਕੀ, ਅਰਦਾਸ਼ ਕੀ ਧਰਤੀ ਫਟ ਗਈ ਲੱਕੜ ਸ਼ਾਹ ਦੇ।